ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੀ ਹੈ ਸਾਰੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਰਾਤ 8:30 ਵਜੇ ਜਵਾਈ ਦਾ ਆਇਆ ਫੋਨ ਹੁਣ ਸੁਣ ਮਾਪਿਆਂ ਦੇ ਪੈਰਾਂ ਥੱਲੋ ਖਿਸਕੀ ਜ਼ਮੀਨ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਜ ਤੋਂ ਲੈ ਕੇ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਘਟਨਾ ਲੁਧਿਆਣਾ ਸ਼ਹਿਰ ਦੇ ਦਿਨ ਆਉਣ ਵਾਲੇ ਪਿੰਡ ਬੁਲਾਰਾ ਤੋਂ ਸਾਹਮਣੇ ਜਿੱਥੇ ਇੱਕ ਵਿਆਹਤਾ ਔਰਤ ਦੀ ਇਸ ਲਈ ਮੌਤ ਹੋ ਗਈ ਕਿਉਂਕਿ ਉਸਦੇ ਸੋਹਰੇ ਪਰਿਵਾਰ ਵੱਲੋਂ ਦੇਸ ਖਾਤਰ ਦਾਜ ਦੀ ਬਲੀ ਚੜਾ ਦਿੱਤਾ ਗਿਆ ਮ੍ਰਿਤਕ 28 ਸਾਲਾ ਮਨਪ੍ਰੀਤ ਕੌਰ ਦਾ ਵਿਆਹ 3 ਸਾਲ ਪਹਿਲਾਂ ਹਰਦੀਪ ਸਿੰਘ ਨਾਲ ਹੋਇਆ ਸੀ ਇਸ ਮਾਮਲੇ ਬਾਰੇ ਜਾਣਕਾਰਿੰਦੇ ਮ੍ਰਿਤਕਾ ਦੇ ਪਿਤਾ ਸਬਜੀ ਸਿੰਘ ਨੇ ਦੱਸਿਆ ਕਿ ਜਿੱਥੇ ਆਪਨੀ ਬੇਟੀ ਦਾ ਵਿਆਹ 3 ਸਾਲ ਪਹਿਲਾਂ ਕੀਤਾ ਹੋਇਆ ਸੀ ਵਿਆਹ ਤੋਂ ਬਾਅਦ ਸੋਰੇ ਪਰਵਾਰ ਵੱਲੋਂ ਉਸਦੀ ਧੀ ਨੂੰ ਦੇਹਸ ਦੀ ਖਾਤਰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਦ ਕੀ ਉਹਨਾਂ ਵੱਲੋਂ ਆਪਣੀ ਹیثیت ਤੋਂ ਅੱਦ ਦੇਹਸ ਦਿੱਤਾ ਗਿਆ ਸੀ। ਉਸਦੀ ਧੀ ਦੇ 1 ਸਾਲ ਬਾਅਦ ਇੱਕ ਪੁੱਤਰ ਵੀ ਹੋਇਆ ਪਰ ਇਸ ਦੇ ਬਾਵਜੂਦ ਉਹਨਾਂ ਦੀ ਧੀ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਕੁੱਟਮਾਰ ਵੀ ਕੀਤੀ ਗਈ। ਹੁਣ 15 ਫਰਵਰੀ ਦੀ ਰਾਤ ਨੂੰ ਕਰੀਬ 8:30 ਵਜੇ ਉਹਨਾਂ ਦੇ ਜਵਾਈ ਦਾ ਫੋਨ ਆਇਆ ਕਿ ਉਹਨਾਂ ਦੀ ਬੇਟੀ ਮਨਪ੍ਰੀਤ ਕੋਲ ਦੀ ਸਿਹਤ ਖਰਾਬ ਹੋਣ ਤੇ ਹਸਪਤਾਲ ਦਾਖਲ ਕਰਵਾਇਆ ਗਿਆ ਤੁਸੀਂ ਜਲਦੀ ਆ ਜਾਓ ਜਦੋਂ ਪਰਿਵਾਰ ਵੱਲੋਂ ਪਹੁੰਚ ਕੇ ਵੇਖਿਆ ਗਿਆ ਤੇ ਉਸ ਦੀ ਮੌਤ ਹੋ ਚੁੱਕੀ ਉਸ ਦੇ ਸਰੀਰ ਉੱਪਰ ਧੋਨ ਉੱਪਰ ਨਿਸ਼ਾਨ ਵੀ ਮੌਜੂਦ ਸਨ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤੇ ਸੋਰੀ ਪਰਿਵਾਰ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਖਬਰ ਲਾਸ ਦੇਖਣ ਲਈ